ਪਾ ਦੇ ਪਾਣੀ ਕੰਨ ਦੇਖਿਓ ਡੋਂਗਾ ਚੱਕਣ ਦਾ ਹੁੰਦਾ ਮੰਮੀ ਨੂੰ ਨੀ ਕੁਛ ਕਿਹਾ ਕਹਿ ਦਿੰਦੇ ਨਾ ਜੈਦ ਪੈਣੀ ਆ ਮੁੜ ਕੇ ਇਹ ਕਪਤਾਨ ਦਾ ਬਰੋ ਏਦਾਂ ਜੂਹੀ ਕਰਦੀ ਹੁੰਦੀ ਸੀਗੀ ਸੇਮ ਏਦਾਂ ਚਲੋ ਲੱਸੀ ਉਹ ਵੀ ਤਾਜ਼ੀ ਪੀ ਲੈਂਦਾ ਉੱਦਾਂ ਨਹੀਂ ਪੀਂਦਾ ਚਲੋ ਚੱਲੀਏ ਹੁਣ ਬੰਦੇ ਸਾਨੂੰ ਛੱਡਣ ਨੂੰ ਕਿੱਦਾਂ ਖੜੇ ਫੇਰ ਆ ਜਾਣ ਦਿਖ ਜੂ ਦਿਖ ਗਿਆ ਹਾਂਜੀ ਕੀ ਹਾਲ ਚਾਲ ਆ ਪ੍ਰਧਾਨ ਸਾਰਿਆਂ ਦਾ ਲਓ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਵਲੋਗ ਸਟਾਰਟ ਹੋ ਗਿਆ ਪਿੱਛੇ ਪਾਠ ਚੱਲਦਾ ਆ ਮੰਮੀ ਨੂੰ ਸਪੀਕਰ ਆਇਆ ਬਾਹਰੋਂ ਗਿਫਟ ਜਿਹਦੇ ਵਿੱਚ ਗੁਰਬਾਣੀ ਹੁੰਦੀ ਆ ਸੋ ਅੱਜ ਮੰਮੀ ਨੇ ਚਲਾਇਆ ਵਿਆਹ ਦੇ ਵਿੱਚ ਥੋੜ੍ਹੇ ਬਿਜ਼ੀ ਸੀਗੇ ਸੋ ਉਹਦੇ ਕਰਕੇ ਟਾਈਮ ਨਹੀਂ ਲੱਗਾ ਅੱਜ ਮੰਮੀ ਪੂਰੀ ਖੁਸ਼ ਆ ਅੱਜ ਸਵੇਰੇ ਹੀ ਉੱਠਦੀ ਮੰਮੀ ਕਹਿੰਦੀ ਆ ਲਾ ਕੇ ਦੇ ਮੈਨੂੰ ਇਹ ਚੱਲਣਾ ਕਿੱਦਾਂ ਆ ਦੇਖਿਆ ਅੱਜ ਮੰਮੀ ਸਵੇਰੇ ਹੀ ਮੈਂ ਕਿਹਾ ਸਪੀਕਰ ਲੈ ਕੇ ਆ ਗਈ ਮੰਮੀ ਕਹਿੰਦੀ ਯਾਰ ਦੱਸੀ ਕਿੱਦਾਂ ਲੱਗਣਾ ਆ ਇਹ ਚੱਲਣਾ ਕਿੱਦਾਂ ਆ ਇਹ ਕਿੱਦਾਂ ਚੱਲਦਾ ਹੁੰਦਾ ਇਹ ਫਿਰ ਡੈਡੀ ਦਾ ਮਤਲਬ ਆ ਤੈਨੂੰ ਪਤਾ ਹੈ ਸਾਰੀ ਗੱਲ ਚਲੋ ਇਹ ਡੈਡੀ ਗੱਡੀ ਤੋਂ ਗਿਆ ਟਰੈਕਟਰ ਤੋਂ ਗਿਆ ਪਹਿਲਾਂ ਉਹਦੇ ਨਾਲ ਸੀ ਚਲੋ ਤੇ ਉਹ ਕਹਿਣਾ ਤਾਂ ਖਲਾਰਾ ਦੇ ਉਧਰ ਪਾਲੇ ਪਾਸੇ ਪਹਿਲਾਂ ਸਾਫ਼ ਕਰ ਜਾ ਜਦੋਂ ਗੱਡੀ ਗਰਮ ਹੁੰਦੀ ਮਾੜੀ ਜੀ ਚਲੋ ਅਤੇ ਫਿਰ ਚੱਲੀਏ ਸ਼ਹਿਰ ਨੂੰ ਕੱਲ੍ਹ ਰਿਹਾ ਸਾਰਿਆਂ ਨੂੰ ਪਤਾ ਹੀ ਆ ਸਾਰਾ ਪੰਜਾਬ ਬੰਦ ਰਿਹਾ ਅਤੇ ਕੱਲ੍ਹ ਆਪਾਂ ਕੁਛ ਨਹੀਂ ਕੀਤਾ ਕੱਲ੍ਹ ਆਪਾਂ ਕਿਰਨ ਕੇ ਪਿੰਡ ਗਏ ਸੀਗੇ ਅਤੇ ਮੁੜ ਕੇ ਅਸੀਂ ਦੁਪਹਿਰ ਤੱਕ ਆਏ ਹਾਂ 12-1 ਵਜੇ ਤਾਈਂ ਅਤੇ ਫਿਰ ਬਸ ਰੈਸਟ ਹੀ ਕੀਤੀ ਆ ਕੱਲ੍ਹ ਅਸੀਂ ਬਸ ਮੂਵੀ ਦੇਖੀਆਂ ਵਿਹਲਿਆਂ ਨੇ ਅਸੀਂ ਜੀਣ ਲੱਗੇ ਦੇਖਣਾ 5-1 ਵਜੇ ਕਹਿੰਦੇ 5 ਵਜੇ 5 ਵਜੇ ਲੱਗੇ ਰਾਤ 1 ਵਜ ਗਿਆ ਸਾਨੂੰ ਮੂਵੀਆਂ ਦੇਖਦਿਆਂ ਨੇ ਬੁੱਲੇ ਛੱਡ ਦਿਓ ਮਤਲਬ ਸਾਊਥ ਦੀ ਮੂਵੀ ਜਿਹੜੀ ਨੈੱਟਫਲਿਕਸ ਨਵਾਂ ਪਹਿਲਾਂ ਮਤਲਬ ਚਲਾਉਂਦੇ ਹੁੰਦੇ ਸੀ ਮੁੜ ਕੇ ਜ਼ਿਆਦਾ ਹੀ ਭੁੱਲ ਗਏ ਸਾਡੇ ਕੋਲ ਨੈੱਟਫਲਿਕਸ ਵੀ ਹੈਗਾ ਆ ਸੋ ਉਹ ਤੋਂ ਬਾਅਦ ਵਿੱਚ ਹੁਣ ਚੇਤਾ ਆਇਆ 3-4 ਦਿਨ ਪਹਿਲਾਂ ਫਿਰ ਦੁਬਾਰਾ ਸੋ ਉੱਤੇ ਲੱਗੇ ਰਹੀਦਾ ਮੂਵੀ ਮੈਂ ਵੀ ਦੇਖਾਂ ਸੋ ਤਾਂ ਕਰਕੇ ਕੱਲ੍ਹ ਵਲੋਗ ਨਹੀਂ ਬਣਾਇਆ ਕਿਉਂਕਿ ਜਾਣਾ ਤਾਂ ਕਿਤੇ ਹੈ ਨਹੀਂ ਸੀ ਬਸ ਵਿਹਲੇ ਹੀ ਸੀਗੇ ਚਲੋ ਹੁਣ ਚੱਲੀਏ ਸ਼ਹਿਰ ਦੇ ਕੰਮ ਨਿਬੇੜੇ ਹੀ ਹੈ ਆਹੋ ਪਹਿਲਾਂ ਜਿਮ ਜਾਇਓ ਫਿਰ ਕੁਲਚੇ ਖਾ ਲਓ ਵਾਹ ਫਿਰ ਬਸ ਵਾਟ ਅ ਡਾਈਟ ਹੈਨਾ ਕਿਦਾਂ ਨੂੰ ਮੈਂ ਡਾਈਟ ਅੱਜ ਆਪਣੇ ਬੁਟੀਕ ਤੇ ਹੈਗੀ ਹੈ ਛੁੱਟੀ ਉਹ ਕਹਿੰਦੇ ਸੀ ਸਾਨੂੰ ਕੰਮ ਆ ਸੋ ਤਾਂ ਕਰਕੇ ਹੁਣ ਮੈਂ ਉਹਨਾਂ ਨੂੰ ਭੇਜ ਦਿੱਤਾ ਆ ਤੇ ਕੱਲ ਨੂੰ ਆ ਜਾਣਾ ਸੰਡੇ ਹੁਣ ਆਪਾਂ ਮੰਡੇ ਦੇਖਾਂਗੇ ਅੱਜ ਹਾਫ ਡੇ ਜਮਾ ਲੈ ਇੱਕ ਵੀ ਭੇਜ ਦਿੱਤੇ ਨੇ ਹਾਂਜੀ ਤੇ ਬਾਕੀ ਮਿਲਦੇ ਆ ਆਪਾਂ ਹੁਣ ਘਰੇ ਜਾ ਕੇ ਹੈਨਾ ਹੋਰ ਚਲੀਏ ਹੁਣ ਰੈਸਟ ਕਰੀਏ ਥਕਾਵਟ ਜੀ ਬਹੁਤ ਹੋਈ ਹੈ ਮੈਂ ਤਾਂ ਕੱਲ ਵੀ ਰੈਸਟ ਕੀਤੀ ਆ ਸੀਰੀਜ਼ ਦੇਖੀ ਆ ਤੋ ਕਿ ਅਸੀਂ ਸੀਰੀਜ਼ ਹਾਂਜੀ ਲਓ ਜੀ ਘਰੇ ਪਹੁੰਚ ਗਏ ਤੇ ਮੰਮੀ ਧੁੱਪ ਨਹੀਂ ਲੱਗਦੀ ਲੈ ਹੁਣ ਨਹੀਂ ਧੁੱਪੇ ਪੈਣ ਦਾ ਟਾਈਮ ਹੈਗਾ ਮੈਂ ਤਾਂ ਗੱਡੀ 'ਚ ਵੀ ਧੁੱਪ ਨਹੀਂ ਲੱਗਦੀ ਵਾਹ ਵਾਹ ਵਾਟ ਅ ਕੁਐਸਚਨ ਵਾਟ ਆਨਸਰ ਤੂੰ ਆ ਕਪਤਾਨ ਮੈਂ ਹੀ ਸਿਆਣਾ ਆ ਤੂੰ ਕਹ ਮੈਂ ਨਹੀਂ ਧੁੱਪੇ ਦੇ ਲੈ ਜਾਂਦਾ ਹੁਣ ਇਹ ਵੀ ਕਦੇ ਧੁੱਪੇ ਕਦੇ ਸ਼ਾਮੇ ਨੇ ਫਿਰ ਛੱਲੇ ਲੱਗਦਾ ਪੈਰਾਂ ਨੂੰ ਪੈਰ ਫਿਰ ਛੱਲੇ ਉਹਦੇ ਨੇ ਦੇਖ ਮੂਹਰੇ ਹੋ ਗਏ ਮੈਨੂੰ ਤਾਂ ਨਹੀਂ ਦੱਸਦਾ ਦੇਖ ਕੇ ਮੈਂ ਫਿਰ ਛੱਲੇ ਨਾ ਦੇਖ ਮੂੰਹ ਆ ਰਿਹਾ ਦੰਦੀਆਂ ਪੜਦਾ ਦੇ ਛੱਲੇ ਆ ਦੇ ਛਿੱਕਲੀ ਬੰਨੀ ਆ ਤੇ ਮੂੰਹ ਦੇ ਮੈਂ ਤਾਂ ਕਹਿੰਦਾ ਹੁਣ ਨਹੀਂ ਖਾਣੀ ਇਹਨੇ ਔਖਾ ਇਹਦੇ ਪੈਰ ਤੇ ਹੈਗਾ ਜ਼ਖਮ ਜਿਹਾ 2-3 ਵਜੇ ਟੀਕੇ ਲਵਾ ਤੇ ਠੀਕ ਹੋ ਜਾਂਦਾ ਜਦੋਂ ਐਂ ਠੀਕ ਹੋ ਜਾਂਦਾ ਫਿਰ ਉਹਨੂੰ ਛਿੱਲ ਲੈਂਦਾ ਦੰਦੀ ਪੜ ਲੈਂਦਾ ਪਤਾ ਨਹੀਂ ਕਾਹਤੇ ਆਂਟੇ ਨਾਲ ਖਾ ਗਿਆ
ਨਹੀਂ ਆਂਟੇ ਜ਼ਿਆਦਾ ਵੀ ਨਾ ਪਾਇਆ, ਫਿਰ ਗਰਮੀ ਹੋ ਜਾਂਦੀ ਅੱਜ ਕੱਲ੍ਹ। ਚਲੋ ਸਹੀ ਆ, ਅਤੇ ਬਾਕੀ ਹੁਣ ਕਰਦੇ ਹਾਂ ਥੋੜ੍ਹੇ ਟਾਈਮ ਦੇ ਵਲੋਗ ਕੰਟੀਨਿਊ, ਥਕਾਵਟ ਜੀ ਬਹੁਤ ਹੋਈ ਆ, ਹੁਣ ਰੈਸਟ ਕਰੀਏ ਥੋੜ੍ਹਾ ਟਾਈਮ। ਉਹ ਹਨੇਰਾ। ਹਾਂਜੀ ਲਓ ਜੀ, ਘਰ ਆਏ ਹੋਏ ਸੀਗੇ, ਰੈਸਟ ਰੁਸਟ ਹੋ ਗਈ, ਤੁਹਾਨੂੰ ਕਿਹਾ ਸੀ ਆਪਾਂ ਸ਼ਾਮ ਨੂੰ ਵਲੋਗ ਕੰਟੀਨਿਊ ਕਰਦੇ ਹਾਂ, ਸੋ ਹੁਣ ਲੱਗੇ ਵਲੋਗ ਕੰਟੀਨਿਊ ਕਰਨ। ਪਹਿਲਾਂ ਤਾਂ ਅੱਜ ਟਰੈਕਟਰ ਤੋਂ ਆ ਕੇ ਲੈ ਕੇ ਆਉਣਾ ਸੀਗਾ, ਅਤੇ ਫਿਰ ਡੈਡੀ ਨੇ ਘਰ ਹੀ ਧੋਤਾ ਜੀ, ਉੱਦਾਂ ਲੱਗਾ ਬਾਹਰ ਹੀ ਆ ਅਤੇ ਉਹਨੂੰ ਅੰਦਰ ਅੰਦਰ ਲਾਉਣਾ ਆ, ਅਤੇ ਇੱਕ ਕਿਰਨ ਬਿਮਾਰ ਹੋਈ ਉਹਦੇ ਕਰਕੇ ਥੋੜ੍ਹਾ ਜਿਹਾ ਬਹੁਤਾ ਵਲੋਗ ਨਹੀਂ ਬਣਦਾ, ਕੀ ਕਰੀਏ ਨੇ ਜਾਂਦੀ ਜਾਂਦੀ ਠੰਡ ਲਵਾ ਲਈ। ਫਿਰ ਵੀ ਤੈਨੂੰ ਕਹੀ ਗਾ, ਤੈਨੂੰ ਕੋਟੀ ਪਾ ਲਾ, ਕੋਟੀ ਤਾਂ ਹਜੇ ਵੀ ਨਹੀਂ ਪਾਈ, ਦੇਖ ਲੈ ਮੰਨਦੀ ਕਿਤੇ, ਸ਼ੋਲ ਵੀ ਮੇਰਾ ਹੀ ਚੋਰੀ ਚੱਕਿਆ ਆ। ਮੈਂ ਚੱਲਾਂ ਹੁਣ ਮਾੜਾ ਜਿਹਾ, ਦੇਖੋ ਪੈਨ ਡਰਾਈਵ ਮੇਰੇ ਹੱਥ 'ਚ, ਸੋ ਇਹ ਪੈਨ ਡਰਾਈਵ ਦੇ ਕੇ ਆਉਣੀ ਆ, ਇਹ ਜਿਹਨਾਂ ਦੀ ਆਪਾਂ ਐਤਕੀ ਆ ਵਿਆਹ ਨੂੰ ਫੋਟੋਗ੍ਰਾਫੀ ਕਰਾਈ ਸੀ ਨਾ, ਜਿਹੜਾ ਸਾਰਾ ਕੁਛ ਉਹਨਾਂ ਕੋਲ ਸੀ ਵੀਡੀਓਗ੍ਰਾਫੀ ਦਾ, ਸੋ ਇਹਦੇ ਵਿੱਚ ਫੋਟੋ ਨੂੰ ਸਿਲੈਕਟ ਕਰਨ ਨੂੰ ਦਿੱਤੀਆਂ ਸੀ, ਅਤੇ ਜਿਹੜੀ ਜਿਹੜੀ ਫੋਟੋ ਨੂੰ ਸਿਲੈਕਟ ਕਰਨੀ ਆ, ਸੋ ਸਿਲੈਕਟ ਕਰ ਦਿਓ, ਫਿਰ ਉਹ ਤੋਂ ਬਾਅਦ ਐਲਬਮ ਬਣਾਉਣੀ ਆ। ਐਵੇਂ ਨਾ ਖਰਚਾ ਕਰਦੀ ਸਾਰਾ, ਮੈਨੂੰ ਪੈਸੇ ਚਾਹੀਦੇ ਆ। ਹੈਗੇ ਨਾ ਮੇਰੇ ਕੋਲ, ਮੈਂ ਕੋਸ਼ਿਸ਼ ਕਰੂੰਗੀ ਨਾ ਹੁਣ ਕੁਛ ਨਾ ਕੁਛ, ਇਧਰੋਂ ਤਾਂ ਨਹੀਂ ਕੱਢਣੇ, ਨਹੀਂ ਮੇਰੇ ਕੋਲ ਡਾਲਰ ਹੈ। ਓ ਮਾਈ ਗੋਡ, ਕੁੜੀ ਨੇ ਡਾਲਰ ਸਾਂਭੇ ਹੋਆ, ਏਦਾਂ ਆ ਦੀਦੀ ਵਾਲੇ ਡਾਲਰ ਪੈ ਦੇ ਕੋਲ, ਜਦੋਂ ਅਸੀਂ ਗਏ ਸੀਗੇ ਉੱਥੇ ਅੱਖਾਂ ਦਾ ਕਰਾਉਣਾ, ਅਤੇ ਦੀਦੀ ਨੇ ਕੈਸ਼ ਲੈ ਲਿਆ ਸੀਗਾ ਅਤੇ ਡਾਲਰ ਦੇ ਦਿੱਤੇ ਸੀਗੇ, ਇਹ ਉਹ ਦਸ਼ਤਾਨ ਨਿਕਲੀ, ਅਗਰ ਉਹ ਬੁਟੀਕ ਵੱਲੋਂ ਦੇ ਗਈ ਡਾਲਰ ਸਾਂਭ ਗਈ। ਮੈਂ ਤਾਂ ਨਹੀਂ ਦੋ ਕੱਢੇ, ਫਿਰ ਤੜਾਏ ਮੈਂ ਕਿਹਾ ਸਾਲਾ ਨਾ ਸੇਵ ਹੀ ਪਏ ਸਾਈਡ ਤੇ। ਸਹੀ ਗੱਲ ਆ, ਕੋਈ ਗੱਲ ਨਹੀਂ, ਸੇਵ ਤਾਂ ਫੇ ਹੋ ਜਾਣੇ ਆ, ਸੇਵ ਤਾਂ ਫੇ ਹੋ ਜਾਣੇ ਆ। ਜਿਹੜਾ ਬੰਦੇ ਦਾ ਦਿਮਾਗ ਘੱਟ ਹੋਵੇ ਨਾ ਉਹ ਖਰਚਾ ਕਰ ਦੋ, ਤੁਹਾਨੂੰ ਇੰਨਾ ਪਤਾ, ਫਿਰ ਮਤਲਬ ਦਿਮਾਗ ਘੱਟ ਹੁੰਦਾ ਫਿਰ ਆਪਣਾ। ਯਾਰ ਦੇਖ, ਮੈਂ ਤਾਂ ਜਿਹੜੀ ਮੇਰੇ ਕੋਲ ਸੇਵਿੰਗ ਅਲੱਗ ਪਈ ਹੁੰਦੀ ਉਹ ਕਰਦਾ ਹੁੰਦਾ, ਤੂੰ ਤਾਂ ਕੰਮੇ ਦਾ ਰਹਿੰਦਾ, ਮੇਰੇ ਕੋਲ ਇੱਕੋ ਹੀ ਸੇਵਿੰਗ ਆ। ਉਹੀ ਕਹਿੰਦਾ ਤੇਰੇ ਕੋਲ ਤੇਰਾ ਕੰਮੇ ਉਹਦਾ, ਤੂੰ ਆਪਣੇ ਜਿੰਨੇ ਸਾਂਭ ਹੁੰਦੇ ਸਾਂਭ ਲੈ ਭਾਈ, ਇੱਦਾਂ ਮੈਨੂੰ ਸਮਝ ਆਉਂਦਾ ਰਹਿੰਦਾ ਵੀ ਖਰਚਾ ਨਹੀਂ ਕਰਨਾ ਚਾਹੀਦਾ। ਕਦੋਂ ਆ ਮੇਰਾ ਬਰਥਡੇ? ਕਦੋਂ ਆ ਮੇਰਾ ਬਰਥਡੇ? ਡੈਡੀ ਕਹਿੰਦਾ ਸੀ ਅੱਜ, ਡੈਡੀ ਮੰਮੀ ਕਹਿੰਦੇ ਬਰਥਡੇ ਕਦੋਂ ਆ ਮੁੰਡੇ ਦਾ, ਕਹਿੰਦਾ ਆਹੋ 23 ਕਿ 24 ਤਰੀਕ ਦਾ ਆ। 24 ਦੇ ਤਾਂ ਸਾਡੀ ਆ, ਉਹੀ ਉਹਨੂੰ ਭੁਲੇਖਾ ਪੈ ਗਿਆ, ਕਹਿੰਦਾ ਉਹਨੂੰ ਫੇਰ ਉਹਨਾਂ ਦਾ ਜਨਮ ਦਿਨ, ਨਹੀਂ ਇਹਨਾਂ ਦਾ ਜਨਮ ਦਿਨ ਤਾਂ 4 ਦਿਨ ਪਹਿਲਾਂ ਯਾਦ ਆ, ਮੁੰਡਾ ਨਹੀਂ ਯਾਦ, ਨਹੀਂ ਨਹੀਂ ਉਹਨੂੰ ਬਰਥਡੇ ਕਰਕੇ ਨਹੀਂ ਪਤਾ ਲੱਗਾ ਮੈਂ ਬਰਥਡੇ ਕਦੋਂ ਆ, ਫੇਰ ਉਹ ਕਹਿੰਦੇ ਜਨਮ ਦਿਨ ਕਦੋਂ ਆ, ਕਹਿੰਦਾ ਉਹ ਤਾਂ 19 ਦਾ ਆ। ਹਾਂ ਪਹਿਲਾਂ ਡੈਡੀ ਕਹਿੰਦਾ 23-24 ਦਾ ਹੀ ਆ, ਚਲੋ ਕੋਈ ਚੱਕਰ ਨਹੀਂ, ਤੇ ਹੁਣ ਡੈਡੀ ਹੁਣੀ ਗਏ, ਡੈਡੀ ਚੱਲ ਕੇ ਤਾਏ ਹੁਣਾਂ ਨੂੰ, ਅਤੇ ਮੰਮੀ ਗੁਰਦੁਆਰਾ ਸਾਹਿਬ ਗਏ, ਅਤੇ ਮੈਂ ਹੁਣ ਚੱਲਾਂ ਮਾੜਾ ਜਿਹਾ ਆਹ ਵਾਲਾ ਕੰਮ ਕਰਨ, ਉੱਧਰੋਂ ਆ ਕੇ ਫੇਰ ਕਰਦੇ ਬਲੌਗ ਕੰਟੀਨਿਊ। ਹਾਂ ਕਿੱਦਾਂ ਹੁੰਦਾ ਕੱਪੜੇ ਤੂੰ ਪਾਏ, ਕੋਟੀ ਪਾ, ਤੂੰ ਪਾਈ ਜੀ, ਮੈਂ ਕਹਿੰਦਾ ਹੁੰਦਾ ਜੀ ਨਹੀਂ ਨਹੀਂ ਚੱਲ। ਹੋਰ ਚਲੋ ਪਹਿਲਾਂ ਟਰੈਕਟਰ ਅੰਦਰ ਲਾ ਦਈਏ, ਫੇਰ ਦੇਖਦੇ ਕੀ ਬਣਦਾ। ਮੈਨੂੰ ਫੇਰ ਡਿਊਟੀ ਤੇ ਲਾਤਾ, ਓਹੋ ਚਲ ਠੀਕ ਆ, ਚੋਕਲੇਟਸ ਲਈ ਤੈਨੂੰ ਦਵਾਈ ਲਿਆ ਕੇ ਦਾ, ਚੋਕਲੇਟਾਂ ਨਾ ਖਾਈ ਆ, ਦਵਾਈ ਤਾਂ ਠੀਕ ਹੋਇਆ, ਦਵਾਈ ਬਿਨਾ ਪੇਸ਼ੈਂਟ ਤਾਂ ਲੈ ਗਈ ਮੰਮੀ, ਕੁਛ ਨਹੀਂ ਤੋ ਕੇ ਬਸ ਚੈੱਕ ਆ ਜਾਂਦੀ, ਫੇਰ ਜ਼ੁਕਾਮ ਹੋ ਜਾਂਦਾ, ਫੇਰ ਚੈੱਕ ਆ ਜਾਂਦੀ। ਚਲ ਠੀਕ ਆ, ਫੋਨ ਕਰ, ਡਿਜੀਟਲ ਇੰਡੀਆ, ਚਲ ਚੰਗਾ ਆ ਗਿਆ, ਮੈਂ ਜਦੋਂ ਕੁਝ ਪੜਾ ਲੂ ਡਿਊਟੀ ਤੇ ਆ ਕੇ ਦੇਖਦੇ ਆ ਸਿਰੀ, ਬਾਏ। ਮੈਂ ਵੀ ਮੰਮੀ ਦੀ ਵੇਟ ਕਰਦੀ ਹਾਂ, ਅਤੇ ਜਦ ਤੱਕ ਥੋੜ੍ਹੀ ਜਿਹੀ ਪਲੈਨਿੰਗ ਕਰ ਲਵਾਂ ਮੈਂ ਹੋਰ, ਕਿਉਂਕਿ ਇਸ ਵਾਰ ਮੈਂ ਕੁਛ ਵੀ ਪਤਾ ਨਹੀਂ ਲੱਗਣ ਦੇ ਰਹੀ। ਜਿਹੜੀ ਲੋਕੇਸ਼ਨ 'ਤੇ ਆਪਾਂ ਸੈਲੀਬ੍ਰੇਟ ਕਰਨਾ ਬਰਥਡੇ, ਉਹ ਵੀ ਮੈਂ ਪਵਨ ਦੇ ਫੋਨ 'ਚੋਂ ਨੰਬਰ ਕੱਢ ਕੇ ਸਵੇਰੇ ਸਵੇਰੇ ਕਾਲ ਕਰ ਲਈ ਸੀ ਅੱਜ, ਉਹ ਵੀ ਪੰਗਾ ਪੈ ਚੱਲਿਆ ਸੀ ਅੱਜ। ਮੈਂ ਉਹਨਾਂ ਨੂੰ ਕਾਲ ਕੀਤੀ ਅਤੇ ਉਹ ਕਹਿੰਦੇ ਸੱਚ ਉਹਨਾਂ ਦਾ ਫੋਨ ਲੱਗਦਾ ਨਹੀਂ ਸੀਗਾ,
ਕਹਿੰਦੇ ਵੀ ਨੈਟਵਰਕ ਖੇਤਰ ਤੋਂ ਬਾਹਰ ਹੈ। 3-4 ਵਾਰ ਲਾਇਆ, ਫਿਰ ਦੁਬਾਰਾ ਮੈਂ ਕੱਟ ਦਿੱਤਾ। ਮੈਂ ਕਿਹਾ ਉਹਨਾਂ ਦਾ ਲੱਗਣਾ ਹੀ, ਠਹਿਰ ਕੇ ਲਾਊਂਗੀ। ਜਦੋਂ ਕਿ ਮੈਂ ਦੁਬਾਰਾ ਦੇਖਣ ਲੱਗੀ, ਉੱਧਰ ਫੋਨ ਪਹਿਲੇ ਪਿੱਕ ਕੀਤਾ ਪਵਨ ਨੇ ਇੱਕ ਵਾਰ, ਉਹਨਾਂ ਦੀ ਕਾਲ ਆ ਗਈ ਹੋਣੀ। ਮੈਂ ਕਿਹਾ ਕੀ ਹੋਇਆ, ਫੋਨ ਆਇਆ ਸੀ ਉਹਨਾਂ ਦਾ? ਕਹਿੰਦੇ ਉਹ ਕਹਿੰਦੇ ਤੁਹਾਡੀ ਮਿਸ ਕਾਲ ਆਈ ਸੀ। ਕਹਿੰਦਾ ਮੈਂ ਕਿਹਾ ਗਲਤੀ ਨਾ ਲੱਗਿਆ ਹੁਣ। ਅਤੇ ਹੁਣ ਮੈਂ ਫਿਰ ਉਹਨਾਂ ਨੂੰ ਕਾਲ ਕਰਕੇ ਕਨਫਰਮ ਕਰਕੇ ਹਟੀ ਕਿ ਮੇਰੇ ਹਸਬੈਂਡ ਦਾ ਬਰਥਡੇ ਆ। ਕੁੱਕੀ ਅਜੇ ਆ, ਕੀ ਹੋਇਆ? ਇੱਕ ਇਹ ਤਾਈ ਜੀ ਹੋਣਾ ਬਿਨਾਂ ਬਹੁਤ ਉਦਾਸ ਹੋਇਆ ਆ। ਕਿਆ ਹੋਇਆ ਤੈਨੂੰ ਪੱਪੂ? ਕਿਉਂਕਿ ਤਾਇਆ ਜੀ ਉਹਨਾਂ ਕੋਲ ਵੀ ਉੱਧਰ ਡੋਗ ਹੈ, ਅਤੇ ਉਹਨਾਂ ਦਾ ਬਹੁਤ ਪਿਆਰ ਪੈ ਗਿਆ ਸੀ ਇਹਦੇ ਨਾਲ। ਹੁਣ ਇਹਦਾ ਬਹੁਤ ਵਾ, ਪਹਿਲੇ ਹੱਡੀਆਂ ਮੰਗਾਈਆਂ ਮੈਂ, ਅੱਛਾ ਚੱਲ ਹੱਡੀਆਂ ਵੀ ਮੰਗਾਈਆਂ, ਚੱਲ ਪੈਡੀਗਰੀ ਵੀ ਮੰਗਵਾਈ। ਬੁੱਗਾ ਜਿਹਾ ਉਹਨੇ ਰੋਟੀ ਨਹੀਂ ਖਾਂਦਾ ਕੱਲ੍ਹ ਦਾ, ਉਦਾਸ ਹੋਇਆ ਕਰਕੇ। ਚਲੋ ਬਾਕੀ ਹੁਣ ਮੰਮੀ ਦੀ ਵੇਟ ਕਰਦੇ ਹਾਂ। ਫਿਰ ਅਸੀਂ ਅੱਜ ਬਹੁਤ ਦਿਨਾਂ ਬਾਅਦ 'ਚ ਭੱਠੀ 'ਤੇ ਰੋਟੀ ਬਣਾਉਣੀ ਆ, ਅਤੇ ਉਸ ਤੋਂ ਬਾਅਦ 'ਚ ਦੇਖਦੇ ਹਾਂ ਬਾਕੀ ਕੀ ਪਲੈਨਿੰਗ ਆ। ਬਾਈ। ਚਲੋ ਅਤੇ ਕਹਿੰਦੇ ਇੱਥੋਂ ਥੋੜ੍ਹਾ ਜਿਹਾ ਸਮਾਨ ਲੈਣਾ ਸੀ ਕਪਤਾਨ ਦਾ, ਕਪਤਾਨ ਦੀਆਂ ਹੱਡੀਆਂ ਉੱਡੀਆਂ ਲੈਣੀਆਂ ਸੀਗੀਆਂ, ਅਤੇ ਇੱਕ ਅਸੀਂ ਪੈਡਾਗਰੀ ਨਾ ਪੈਕਟ ਲੈ ਕੇ, ਜਾਂ ਡਰੂਲਸ ਲੈ ਲਈ, ਪੈਡਾਗਰੀ ਲੈ ਲਈ, ਪਿਓਰ ਪੈਟ ਲੈ ਲਿਆ, ਇੱਦਾਂ ਦੀ ਕੋਈ ਨਾ ਕੋਈ ਚੀਜ਼ ਲੈ ਕੇ ਨਾ ਗੱਡੀ ਦੇ ਵਿੱਚ ਰੱਖ ਦਿਓ, ਕਿਉਂਕਿ ਰਸਤੇ ਸਾਨੂੰ ਕੋਈ ਨਾ ਕੋਈ ਜੇ ਕੁੱਤਾ ਲੱਭ ਗਿਆ ਜਾਂ ਕਤੂਰਾ ਕੋਈ ਵੀ ਕਿਤੇ ਵੀ ਹੈ ਨਾ, ਸਾਨੂੰ ਲੱਗਦਾ ਭੁੱਖਾ ਆ, ਸੋ ਉਹਨੂੰ ਆਪਾਂ ਪਾਈ ਦੀ ਆ। ਉਹਦੇ ਕਰਕੇ ਉਹ ਵੀ ਸਮਾਨ ਲੈਣਾ ਸੀਗਾ, ਉਹ ਵੀ ਗੱਡੀ 'ਚ ਰੱਖ ਲਿਆ, ਅਤੇ ਕਿਰਨ ਦੀ ਦਵਾਈ ਵੀ ਲੈ ਲਈ ਆ, ਅਤੇ ਜਿਹੜੇ ਕੰਮ ਮੈਂ ਆਇਆ ਸੀ ਸਪੈਸ਼ਲ ਉਹ ਵੀ ਆਪਾਂ ਫੜਾ ਦਿੱਤਾ, ਅਤੇ ਹੁਣ ਚੱਲੀਏ ਘਰੇ। ਬਾਕੀ ਕਰਦੇ ਹਾਂ ਵਲੌਗ ਘਰੇ ਜਾਏ ਕੰਟੀਨਿਊ। ਹਜੇ ਸੱਚ ਇੱਕ ਹੋਰ ਕੰਮ ਕਰਨਾ, ਹਜੇ ਕਿਰਨ ਲਈ ਚੋਕਲੇਟਾਂ ਲੈ ਕੇ ਜਾਣੀ, ਸੁਣਿਓ ਹੁਣ ਵੀਡੀਓ 'ਚ ਕਹਿੰਦੀ ਚੋਕਲੇਟਾਂ ਲਿਆਈ। ਚਲੋ ਚੋਕਲੇਟਾਂ ਲੈ ਕੇ ਫਿਰ ਚੱਲਦੇ ਹਾਂ, ਪਹਿਲਾਂ ਇੱਦਾਂ ਚੱਲ ਜਾਣਾ ਸੀਗਾ। ਫਿਰ ਉਹਨੇ ਕਹਿਣਾ ਲੈ ਕੇ ਨਹੀਂ ਆਇਆ ਜਾਣ ਕੇ। ਚਲੋ ਸਹੀ ਆ, ਲੈ ਤਾਂ ਪੂਰੀਆਂ 320 ਰੁਪਈਆਂ ਦੀਆਂ ਚੋਕਲੇਟਾਂ ਲੈ ਲਈਆਂ ਕਰਨ ਲਈ, 320। ਇੱਦਾਂ ਦੇਖਦੇ ਹੁਣ ਕੀ ਰਿਐਕਸ਼ਨ ਆ ਜਾ ਕੇ। ਉਦੋਂ ਨੂੰ ਉਮੀਦ ਉਮੂਦ ਨਹੀਂ ਸੀਗੀ ਅਤੇ ਲੈ ਕੇ ਆਊਗਾ, ਕਹਿ ਤਾਂ ਦਿੰਦੀ ਹੁੰਦੀ, ਕਈ ਵਾਰੀ ਜਮਾਤ ਵੀ ਭੁੱਲ ਜਾਂਦਾ, ਕਈ ਵਾਰੀ ਯਾਦ ਭੁੱਲ ਜਾਂਦਾ, ਕਈ ਵਾਰੀ ਉੱਦਾਂ ਵੀ ਹੁੰਦਾ ਵੀ ਚੱਲ ਯਾਰ ਫਿਰ ਰੁਕਣਾ ਪੈਣਾ, ਚੱਲ ਫਿਰ ਲੈ ਜਾਂਗੇ, ਫਿਰ ਲੈ ਜਾਂਗੇ, ਇੱਦਾਂ ਤੈਨੂੰ। ਨਹੀਂ ਪਰ ਇਹਨੂੰ ਗੱਡੀ ਚ ਰੱਖ ਲਾ ਡੱਬਾ ਭਰ ਕੇ, ਇੱਥੇ ਹੱਡੀਆਂ ਕਪਤਾਨ ਦੇ ਨਜ਼ਾਰੇ ਲੱਗੇ ਪਏ ਆ। ਆਹ ਦੇ ਮਿਲਕੀ ਵਾਰ ਹੱਡੀ ਪਾ ਕੇ ਹਟੇ ਇਹਨੂੰ ਹੁਣ, ਜਿਹੜੀ ਦੁੱਧ ਵਾਲੀ ਹੁੰਦੀ ਆ। ਚਲੋ ਹੁਣ ਹੁਣ ਰੋਟੀ ਖਾ ਲਈ, ਨਾ ਕੁੱਟ ਬਹੁਤ ਨੇ ਪੈਣੀ ਆ, ਉਹ ਨਹੀਂ ਦੇਣੀ, ਉਹ ਦੇਣੀ ਇਹਨੂੰ ਵੀ ਹੱਡੀ, ਉਹੀ ਕਹਿੰਦਾ ਇਹ। ਹਾਂਜੀ ਹੁਣ ਨਹੀਂ ਮੈਨੀ ਹੱਡੀ, ਬਸ ਹੁਣ ਰੋਟੀ ਰੋਟੀ ਖਾਣੀ ਸ਼ੁਰੂ ਕਰ, ਬਹੁਤ ਜਿਹੜਾ ਤੂੰ ਉਦਾਸ ਹੋ ਗਿਆ। ਅੱਛਾ ਇਹਨੂੰ ਬਹੁਤ ਜ਼ਿਆਦਾ ਨਾਲੇ ਹੋਇਆ ਕਹਿੰਦਾ ਕੁਛ,
ਤੈਨੂੰ ਵੀ ਨੀ ਪਛਾਣਦਾ ਦਿਲ ਹੁਣ ਤਾਂ ਅਮਰੀਕਾ ਜਾਣਾ ਇਹ ਤਾਂ ਨੀ ਚਾਹੁੰਦਾ ਅਮਰੀਕਾ ਚੱਲ ਜਾਵਾਂ ਮਾਨੇ ਨਾ ਕਹਿਣਾ ਮੇਰਾ ਮੈਂ ਤੋਂ ਨੀ ਰਹਿ ਹੁੰਦਾ ਰੋਟੀ ਵੀ ਨੀ ਖਾਂਦਾ ਮੈਨੂੰ ਅਮਰੀਕਾ ਲੈ ਕੇ ਜਾਓ ਓਏ ਮੈਂ ਇਹਨਾਂ ਨਾਲ ਪਿਆਰ ਕਰਦਾ ਜ਼ਿਆਦਾ ਮੈਨੂੰ ਬੁਲਾ ਲਓ ਹਨਾ ਸਹੀ ਗੱਲ ਤੇਰੀ ਫਾਈਲ ਲਾ ਦੀ ਅਮਰੀਕਾ ਦੀ ਹੈ ਓਏ ਅਮਰੀਕਾ ਦੀ ਇੰਟਰਵਿਊ ਦੇ ਦੂੰਗਾ ਉਦਾਸ ਹੋ ਜਾਂਦਾ ਇਹ ਇਦਾਂ ਕਰਦਾ ਹੈ ਜਦੋਂ ਇਹਨੂੰ ਨਾ ਕਦੇ ਮਿਲ ਕੇ ਜਾਂਦਾ ਕੋਈ ਗੈਸਟ ਆਇਆ ਹੁੰਦਾ ਦੀਦੀ ਗਈ ਉਦੋਂ ਇਦਾਂ ਫਿਰ ਬਾਅਦ ਇਦਾਂ ਹੋ ਜਾਂਦਾ ਵੀ ਉਹ ਬੰਦੇ ਚਲੇ ਕਾਹਦੇ ਗਏ ਮੇਰੇ ਕੋਲ ਕਾਹਦੇ ਨਹੀਂ ਆ ਹੋਰ ਪਾਗਲੇ ਰਿਹਾ ਤੂੰ ਤਾਂ ਕਪਤਾਨ ਚੱਲ ਤੇਰੀ ਅੰਬੈਸੀ 'ਚ ਫਾਈਲ ਲਾਉਣਾ ਇੰਟਰਵਿਊ ਦੇ ਦੀ ਅਮਰੀਕਾ ਦੀ ਠੀਕ ਆ ਹੋਰ ਹੁਣੇ ਕਰਨ ਲੱਗੀ ਸਵੇਰ ਨੂੰ ਪਾ ਲਈ ਹੁਣ ਗੱਡੀ 'ਚ ਰੱਖਣਾ ਮੈਂ ਇਹਨੂੰ ਕਹਿੰਦਾ ਕਪਤਾਨ ਜੋ ਕਿ ਸਵੇਰ ਨੂੰ ਪਾ ਲਈ ਥੋੜ੍ਹੀ ਜਿਹੀ ਵਿੱਚ ਔਖਾ ਚਲੋ ਗੱਡੀ 'ਚ ਕੀ ਕਰਾਉਣਾ ਰਸਤੇ ਸਾਨੂੰ ਕੋਈ ਵੀ ਇੱਕ ਦੂਰਾ ਕਿਤਰਾ ਮਿਲ ਜੂਏ ਫਿਰ ਸਾਰਿਆਂ ਨੂੰ ਪਾ ਦਈਏ ਆਹ ਦੇਖਦੇ ਜੀ ਉਹ ਹਿਸਾਬ ਲਾ ਲੋ ਤੁਸੀਂ ਇਹਦੇ ਲਈ ਥੋੜੇ ਜਿਹਾ ਕਪਤਾਨ ਦੇ ਕੱਢ ਲੈਣੇ ਬਾਕੀ ਗੱਡੀ ਰੱਖ ਲੈਣਾ ਲਿਆ ਕੇ ਇਹ ਛੋਟੀਆਂ ਆ ਨਾ ਇਹ ਛੋਟੀਆਂ ਹੁੰਦੀਆਂ ਹਾਂ ਇਹ ਜਿਹੜਾ ਛੋਟੇ ਛੋਟੇ ਕਤੂਰੇ ਕਿਤਾਰੇ ਹੁੰਦੇ ਉਹਨਾਂ ਨੇ ਵਧੀਆ ਖਾਣ ਨੂੰ ਉਹ ਵੱਡੀ ਥੋੜ੍ਹੀ ਇੱਦਾਂ ਦੀ ਗੱਲ ਗੁਲ ਕਿੰਨਾ ਫਸ ਜਾਵੇ ਛੋਟੇ ਛੋਟੇ ਕਤੂਰੇ ਹੁੰਦੇ ਜ਼ਿਆਦਾ ਉਹਨਾਂ ਨੂੰ ਮਿਲੀ ਦਾ ਆਪਾਂ ਹਾਂਜੀ ਕੀ ਹਾਲ ਚਾਲ ਆ ਪ੍ਰਧਾਨ ਸਾਰਿਆਂ ਦਾ ਅਤੇ ਵਲੋਗ ਜੀ ਦੇਖਣਾ ਜ਼ਿਆਦਾ ਕਪਤਾਨ 'ਤੇ ਹੀ ਵਲੋਗ ਸੀ ਮੈਨੂੰ ਲੱਗਦਾ ਜੇ ਮੈਂ ਐਡ ਕਰਕੇ ਦੇਖਿਆ ਮੈਂ ਪੇ ਕੁਛ ਨਹੀਂ ਕੀਤਾ ਤੁਸੀਂ ਦੇਖਣਾ ਸਾਰਾ ਦਿਨ ਪਹਿਲਾਂ ਸ਼ਹਿਰ ਨੂੰ ਗਏ ਸੀ ਸ਼ਹਿਰੋਂ ਅੱਗੇ ਇੱਦਾਂ ਥੋੜ੍ਹੇ ਦਿਨ ਇੱਦਾਂ ਦੀ ਸੁਸਤੀ ਜੀ ਪਈ ਰਹਿੰਦੀ ਆ ਨੀਂਦ ਆਉਂਦੀ ਰਹਿੰਦੀ ਆ ਅਤੇ ਉਹਦੇ ਕਰਕੇ ਫਿਰ ਵਲੋਗਿੰਗ ਕੰਟੀਨਿਊ ਹੋਇਆ ਸੋ ਉਹਦੇ ਵਿੱਚ ਹੁਣ ਤੁਸੀਂ ਦੇਖਣਾ ਕੈਰਨ ਨੇ ਮਾੜਾ ਜਿਹਾ ਦੇਖਤਾ ਤੁਹਾਨੂੰ ਹਿੰਟ ਜਿਹਾ ਵੀ ਮੈਂ ਤਿਆਰੀਆਂ ਕਰਦੀ ਹਾਂ ਕਾਹਦੀ ਤਿਆਰੀ ਕਰਦੀ ਤੂੰ ਬਰਥਡੇ ਦੀਆਂ ਜਿਹੜੀਆਂ ਤੂੰ ਪੂਰੀ ਕੋਸ਼ਿਸ਼ ਕੀਤੀ ਖਰਾਬ ਕਰਨ ਦੀ ਨਹੀਂ ਮੈਂ ਸੀਰੀਅਸ ਇੱਦਾਂ ਹੀ ਦੇਖਦਾ ਪਿਆ ਇੱਕ ਪਾਸੇ ਤਾਂ ਪੁਲਿਸ ਲੱਗੀ ਹੁੰਦੀ ਹੈ ਕੋਸ਼ਿਸ਼ ਕਰਨ ਉਸ ਵਿੱਚ ਚੋਰ ਲੱਗੇ ਹੁੰਦੇ ਆ ਪਿਆ ਨਹੀਂ ਹੋਣ ਦੇਣਾ ਉਹ ਵਾਲਾ ਕੰਮ ਚੱਲਦਾ ਪਿਆ ਸਾਡੇ ਕਿੱਦਾਂ ਵੀ ਮੈਂ ਠੀਕ ਆ ਹੋ ਗਿਆ ਤਿਆਰੀਆਂ ਨਹੀਂ ਉਹ ਚਾਰਜੇ ਕਰੀ ਜਾਂਦੇ ਸਾਰਾ ਦਿਨ ਦਿਨ ਪਤਾ ਨਹੀਂ ਲਾਉਂਦੇ ਤਾਂ ਮੰਮੀ ਫਿਰ 10 ਮਿੰਟ ਹੀ ਆ ਸਪੀਕਰ ਹੀ ਖਰਾਬ ਹੋ ਜਾਣਾ ਮੈਂ ਕੀ ਪੁੱਛਦਾ ਤੈਨੂੰ ਹੁਣ ਤੇ ਤਿਆਰੀਆਂ ਹੋ ਗਈਆਂ ਸਾਰੀਆਂ ਆਵਾਜ਼ ਹੋ ਗਈ ਕਰਨਾ ਹੀ ਉਹ ਕਿੱਦਾਂ ਖੋਰੂ ਪਾਇਆ ਨੇ ਕਪਤਾਨ ਪੌਂਕੇ ਕਹਿੰਦੀ ਕਰਨਾ ਗੇਟ 'ਚ ਮੈਂ ਕਿਹਾ ਐਡਾ ਰੋਲਾ ਮੈਂ ਕਿਹਾ ਕਿੱਦਾਂ ਆਵਾਜ਼ ਆਉਣ ਲੱਗ ਗਈਆਂ ਉੱਚੀ ਉੱਚੀ ਹੋਰ ਚਲੋ ਸਹੀ ਹੈ ਅਤੇ ਬਾਕੀ ਆਹ ਵਾਲਾ ਵਲੋਗ ਆਪਣਾ ਇੱਥੇ ਐਡ ਕਰਦੇ ਹਾਂ ਅਤੇ ਮਿਲਦੇ ਤੁਹਾਨੂੰ ਆਪਾਂ ਅਗਲੇ ਵਲੋਗ 'ਚ ਅਗਲੇ ਵਲੋਗ 'ਚ ਤੁਹਾਨੂੰ ਬਰਥਡੇ ਵਾਲੀ ਦੇਖਣ ਨੂੰ ਮਿਲੂਗੀ ਮੈਨੂੰ ਲੱਗਦਾ ਵੱਢ ਲਓਗੇ ਬਾਕੀ ਕਿਰਨ ਨੂੰ ਪਤਾ ਪਈ ਆਪਾਂ ਨੈਕਸਟ ਦੋ ਵਲੋਗ ਬਰਥਡੇ ਵਾਲੇ ਹੋਊਗੇ ਅਤੇ ਬਾਕੀ ਫੇਰ ਦੇਖਾਂਗੇ ਬਾਕੀ ਕਹਿੰਦੇ ਬੁਟੀਕ ਨੂੰ ਵੀ ਕਰਨ ਦੇ ਹੋਰ ਚੱਲ ਇੱਕ ਸਾਲ ਪੂਰਾ 23 ਤਰੀਕ ਨੂੰ 24 ਨੂੰ ਫਿਰ ਸਾਡੀ ਐਨੀਵਰਸਰੀ ਆ ਥੋੜ੍ਹਾ ਇੱਦਾਂ ਨਾ ਮਹੀਨਾ ਸਾਰਾ ਸਾਰਾ ਫੰਕਸ਼ਨ ਹੀ ਲੰਘਿਆ ਤੁਹਾਨੂੰ ਅੱਗੇ ਹੀ ਪਤਾ ਆ ਚਲੋ ਕੋਈ ਚੱਕਰ ਨਹੀਂ ਅਤੇ ਅੱਗੇ ਦੇਖ ਲਓ ਜੇ ਅੱਜ ਦਿਨ ਦੇਖਿਆ ਜਾਵੇ ਕਿੰਨਾ ਚਾਅ ਹੁੰਦਾ ਸੀਗਾ 18 ਦਿਨ ਕੱਲ੍ਹ ਬਰਥਡੇ ਆ ਕੱਲ੍ਹ ਬਰਥਡੇ ਆ ਸਹੀ ਗੱਲ ਥੋੜ੍ਹਾ ਮਤਲਬ ਇਹ ਤਾਂ ਸਾਨੂੰ ਫਰਕ ਪੈ ਜਾਂਦਾ ਚਲੋ ਸਹੀ ਹੈ ਅਤੇ ਬਾਕੀ ਬੈਠ ਲਓ ਅਗਲੇ ਵਲੋਗ 'ਚ ਸੋ ਚੈਨਲ ਦੇ ਸਾਰੇ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਕਰ ਦਿਓ ਲਾਈਕ ਸੋਹਣਾ ਇੱਕ ਵਾਰ ਜ਼ਰੂਰ ਕਰਿਓ ਅਤੇ ਬਾਏ ਬਾਏ ਅਤੇ ਹੈਪੀ ਬਰਥਡੇ ਕਹਿ ਦਿਓ ਪਵਨੇ ਨੂੰ ਐਡਵਾਂਸ 'ਚ ਸਾਰੇ ਜਣੇ ਐਡਵਾਂਸ ਐਡਵਾਂਸ ਕਿਆ ਚਲੋ ਠੀਕ ਹੈ।